ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁੱਖੇਵਾਲਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ ਦੋਸਤੋ ਇਸ ਪਿੰਡ ਨੂੰ। ਅਤੇ ਜੀਰੇ ਤੋਂ ਕੋਟ ਈਸੇਖਾਂ ਰੋਡ ਦੇ ਉੱਪਰ ਜਿਹੜਾ ਦੋਸਤੋ 5 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਸੁੱਖੇਵਾਲੇ, ਤੁਸੀਂ ਖਾਸ ਵਿਜ਼ਿਟ ਕਰ ਲਿਓ। ਅਤੇ ਡਾਕਟਰ ਪ੍ਰੀਤਮ ਸਿੰਘ ਕਲੇਰ ਦੇ ਕੋਲ ਆਏ ਹਾਂ ਦੋਸਤੋ। ਅਤੇ ਮੋਸਟਲੀ ਆਪਾਂ ਜਿਹੜੇ ਦੋਸਤੋ ਫਸਟਲੀ ਤੁਹਾਨੂੰ ਦੱਸ ਦੇਣੇ ਹਾਂ, ਜਿਹੜੀ ਪਸ਼ੂ ਵਪਾਰ ਦਾ ਕਿੱਤਾ ਹੈਗਾ, ਵਿਕਰੀ ਵਾਲੇ ਪਸ਼ੂ ਇਸ ਘਰੇ ਦੋਸਤੋ ਆਉਂਦੇ ਰਹਿੰਦੇ ਆ। ਅਤੇ ਖਾਸ ਜਿਹੜੇ ਪਸ਼ੂ ਆ ਦੋਸਤੋ, ਕੈਟਾਗਰੀ ਦੀ ਗੱਲ ਕਰ ਲਈਏ ਤਾਂ ਜਰਸੀ ਬੜਾ ਹੁੰਦੀਆਂ ਨੇ ਐਵਰੀ ਟਾਈਮ ਦੋਸਤੋ, ਹਰ ਦਿਨ ਨਵੇਂ ਪਸ਼ੂ ਜਿਹੜੇ ਉਪਲਬਧ ਹੋ ਜਾਂਦੇ ਆ ਤੁਹਾਨੂੰ ਇਸ ਘਰੋਂ, ਠੀਕ ਹੈ ਜੀ। ਅਤੇ ਸਮੇਂ ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ। ਡਾਕਟਰ ਪ੍ਰੀਤਮ ਸਿੰਘ ਕਲੇਰ ਦੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ। ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਨਗ ਦਿਖਾਵਾਂਗੇ। ਗੱਬਣ ਵਿਹੜਾਂ ਵੀ ਤੁਹਾਨੂੰ ਕੁਝ ਵੇਖਣ ਦੇ ਵਿੱਚ ਮਿਲਣਗੀਆਂ, ਕੁਝ ਪਸ਼ੂ ਜਿਹੜੇ ਸੋਏ ਸਫਾਏ ਹੋਣਗੇ। ਡਿਟੇਲ ਭਾਅ ਜੀ ਡਾਕਟਰ ਪ੍ਰੀਤਮ ਸਿੰਘ ਕਲੇਰ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ, 2 ਟਾਈਮ ਦੀ ਚਵਾਈ ਕਰ ਲਿਓ, ਗੱਬਣ ਪਸ਼ੂ ਨੂੰ ਤਿੱਪ ਕੇ ਤਸੱਲੀ ਕਰ ਲਿਓ। ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਡਾਕਟਰ ਪ੍ਰੀਤਮ ਸਿੰਘ ਕਲੇਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਰਾਜ, ਸਤਿ ਸ਼੍ਰੀ ਅਕਾਲ ਜੀ। ਹੋਰ ਭਾਅ ਜੀ ਕਹਿ ਮੋ ਬਸ ਚੜ੍ਹਦੀ ਕਲਾ ਜੀ, ਕਿਰਪਾ ਬਾਬੇ ਨਾਨਕ ਦੀ, ਤੁਸੀਂ ਦੱਸੋ। ਸ਼ੁਕਰ ਮਾਲਕ ਦਾ। ਹਾਂਜੀ ਡਾਕਟਰ ਸਾਹਿਬ, ਉੱਧਰ ਪਸ਼ੂ ਆਪਣੇ ਹੋ ਗਏ ਸੀ ਸੇਲ? ਪਸ਼ੂ ਬਾਈ ਰਾਜ ਤਕਰੀਬਨ ਡੇਲੀ ਸੇਲ ਹੋਈ ਜਾਂਦੇ ਆ, ਡੇਲੀ ਪਸ਼ੂ ਆਪਣੇ ਕੋਲ ਵੀ ਮੰਨ ਲਓ 8-10 ਪਸ਼ੂ ਡੇਲੀ ਆਉਂਦੇ ਆ, ਸੇਲ ਹੋ ਜਾਂਦੇ ਆ। ਠੀਕ ਹੈ ਜੀ, ਠੀਕ ਆ। ਵੀਡੀਓ ਤਾਂ ਮੰਨ ਲਓ ਕਿ 2-4 ਦਿਨ ਰੁਕ ਕੇ ਪਾਉਣੇ ਆ, ਵੀ ਉਹ ਜਿਹੜੇ ਪਸ਼ੂ ਆਪਾਂ ਵੀਡੀਓ ਪਾਉਣੇ ਆ ਉਹ ਉਨੇ ਪਸ਼ੂ ਨਹੀਂ ਆਪਣੇ ਕੋਲ ਹੁੰਦੇ ਜਿੰਨੇ ਆਪਾਂ ਨੂੰ ਦੇਣ ਵਾਲਿਆਂ ਦੇ ਫੋਨ ਵੀ ਆ ਜਾਂਦੇ ਫੋਨ ਵੀ ਸਾਨੂੰ ਪਸ਼ੂ ਦਿਓ। ਬਿਲਕੁਲ ਜੀ ਬਿਲਕੁਲ। ਉਹ ਫਿਰ 5-4 ਦਿਨਾਂ ਦੇ ਵਿੱਚ ਉਹ ਪਸ਼ੂ ਪੂਰੇ ਕਰਕੇ ਫਿਰ ਗਾ ਨਵੀਂ ਵੀਡੀਓ ਪਾਉਣੀ। ਸਹੀ, ਠੀਕ ਹੈ ਨੀ। ਹੁਣ ਅੱਜ ਵੀ ਮੰਨ ਲਓ ਵਿਹੜਾਂ ਆਪਣੇ ਕੋਲ 9 ਸੀਗੀਆਂ, 4 ਸੇਲ ਹੋ ਗਈਆਂ ਜੀ। 5 ਵਿਹੜਾਂ ਆਪਣੇ ਕੋਲ ਅਵੇਲੇਬਲ ਇਸ ਵੇਲੇ ਹੈਗੀਆਂ। ਬਿਲਕੁਲ, ਹੁਣ ਚੱਲੇ ਹਾਂ ਬਾਹਰ, ਸ਼ਾਮ ਤੱਕ ਜਿੰਨੇ ਪਸ਼ੂ ਲੈ ਗਏ ਉਹਨਾਂ ਨੂੰ ਲੈ ਕੇ ਆਵਾਂਗੇ। ਬਿਲਕੁਲ ਬਿਲਕੁਲ। ਹਾਂਜੀ, ਅਤੇ ਪਸ਼ੂ ਜਿਹੜੇ ਦੋਸਤੋ ਅੱਜ ਜਿੰਨੇ ਦਿਖਾ ਦਾਂਗੇ, ਇਹ ਵੀ ਪਸ਼ੂ ਕੁਝ ਸਮੇਂ ਬਾਅਦ ਵੀਡੀਓ ਪਾਉਣ ਤੁਹਾਡੇ ਦੋਸਤੋ ਸੇਲ ਹੋ ਜਾਂਦੇ ਆ। ਅਤੇ ਸਮੇਂ ਸਮੇਂ ਨਾਲ ਆਪਦਾ ਸੰਪਰਕ ਬਣਾ ਕੇ ਟਾਈਮ ਟੂ ਟਾਈਮ ਪੁੱਛ ਸਕਦੇ ਹੋ ਕਿ ਇਹੋ ਜਿਹਾ ਪਸ਼ੂ ਹੁਣ ਮੌਕੇ 'ਤੇ ਜਿਹੜਾ ਖੜਾ ਹੈਗਾ। ਅਤੇ ਡਾਕਟਰ ਸਾਹਿਬ, ਕਰੀਏ ਸ਼ੁਰੂਆਤ ਪਹਿਲੇ ਨੰਬਰ ਤੋਂ ਆਹ ਜਰਸੀ ਵੱਛੀ ਤੋਂ ਜੀ। ਜਰਸੀ ਵੱਛੀ ਸੂਈ ਹੋਈ ਆ, ਦੁੰਦੀ ਆ, ਕੋਈ 10-12 ਦਿਨ ਦੀ ਸੂਈ ਆ, 7 ਕਿਲੋ ਦੁੱਧ ਆ ਜੀ ਇਹਦਾ। ਠੀਕ ਹੈ ਜੀ। ਅਤੇ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਜਿੰਨੇ ਵੀ ਸਰੋਤੇ ਆਪਣੇ ਦੇਖਦੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਦੁੱਧ ਸਾਡੇ ਘਰ ਦੀ ਗਰੰਟੀ ਆ ਜੀ, ਸਾਡੇ ਘਰ ਆ ਕੇ ਜਿੰਨਾ ਦੁੱਧ ਦੱਸਦੇ ਆ 7 ਕਿਲੋ ਦੱਸਿਆ ਅਤੇ 4 ਡੰਗ ਚੋ ਕੇ ਆਪਦੀ 7 ਕਿਲੋ ਦੀ ਤਸੱਲੀ ਕਰ ਲਓ ਜੀ। ਸਾਡੇ ਘਰੇ ਜੇ 7 ਕਿਲੋ ਨਾ ਹੋਊਗਾ ਤੁਹਾਨੂੰ ਆਉਣ ਦਾ ਹੀ ਗੱਡੀ 'ਤੇ ਆਉਂਗੇ ਉਹਦਾ ਪੈਟਰੋਲ ਖਰਚਾ, ਮੋਟਰਸਾਈਕਲ 'ਤੇ ਆਉਂਗੇ ਉਹਦਾ ਪੈਟਰੋਲ ਖਰਚਾ ਦੇਵਾਂਗੇ। ਜੇ ਅਸੀਂ ਪਸ਼ੂ ਦਾ 10 ਕਿਲੋ ਦੱਸਦੇ ਹਾਂ 10 ਕਿਲੋ ਚਵਾ ਕੇ ਦੇਵਾਂਗੇ। ਗੱਬਣ ਪਸ਼ੂ ਦੀ ਅਸੀਂ ਪਾਈਆ ਦੀ ਗਰੰਟੀ ਨਹੀਂ ਦਿੰਦੇ, ਥਣਾਂ ਦੀ ਗਰੰਟੀ ਹੋਊ। ਜੇ ਕਿਸੇ ਨੇ ਮੰਨ ਲਓ ਔਨਲਾਈਨ ਮੰਗਾਉਣੀ ਆ ਜਾਂ ਕਿਸੇ ਨੇ ਆ ਕੇ ਦੇਖਣੀ ਆ, ਅਗਲੇ ਦੇ ਘਰ ਦੀ ਰਾਜ ਆਪਣੇ ਦੁੱਧ ਦੀ ਕੋਈ ਗਰੰਟੀ ਨਹੀਂ ਹੋਊਗੀ। ਬਿਲਕੁਲ, ਇਹ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਵੀ ਭੈਣ ਭਰਾ ਸਾਰੇ ਦੇਖਦੇ ਆ, ਮੰਨ ਲਓ ਪਸ਼ੂ ਲੈ ਕੇ ਆਉਂਦੇ ਆ, ਸਨ 2004 ਤੋਂ ਵਪਾਰ ਕਰਦੇ ਆ, ਕਿਸੇ ਦੀ ਸੇਵਾ ਕਿਹੋ ਜਿਹੀ ਆ, ਕਿਸੇ ਦੀ ਕਿਹੋ ਜਿਹੀ ਸੇਵਾ, ਕੱਲ ਨੂੰ ਜਾ ਕੇ ਪਸ਼ੂ ਦੁੱਧ ਘਟਾਉਂਦਾ, ਮੰਨ ਲਓ ਅਸੀਂ ਆਪਦਾ ਗਲਤੀ ਨਹੀਂ ਕਹਿੰਦੇ ਵੀ ਦੁੱਧ ਘਟਿਆ ਸਾਡੀ ਸੇਵਾ ਹੀ ਨਹੀਂ ਗੀ, ਅਸੀਂ ਉਹ ਭੰਡਣ ਲੱਗ ਪੈਂਦੇ ਹਾਂ ਯਾਰ ਵੀ ਉਹ ਫਲਾਣੇ ਬੰਦੇ ਨੇ ਸਾਡੇ ਨਾਲ ਠੱਗੀ ਮਾਰ ਲਈ। 4 ਦਿਨ ਆ ਕੇ ਆਪਣੇ ਘਰੇ ਕੋਈ ਵੀ ਬੰਦਾ ਚੋ ਕੇ ਤਸੱਲੀ ਕਰ ਸਕਦਾ, ਜੇ ਜਿੰਨਾ ਦੁੱਧ ਦੱਸਿਆ ਉਦੋਂ ਘੱਟ ਹੋਵੇ ਤੁਸੀਂ ਅਗਲੇ ਨੂੰ ਪੈਟਰੋਲ ਖਰਚਾ ਦੇ ਕੇ ਤੋਰਾ। ਪਹਿਲਾਂ ਸੁਬਾ ਬੈਡ ਸੂਈ ਹੋਈ ਆ ਬੱਚੀ ਮਗਰ ਆ। ਠੀਕ ਆ ਜੀ। ਅਤੇ 7 ਕਿਲੋ ਦੁੱਧ ਆ ਜੀ, ਮੂੰਹੋਂ ਦੋਦਾਂ ਦਾ। ਠੀਕ ਆ, ਕੱਢਦੇ ਹੋ ਤੇ 7 ਕਿਲੋ ਦੁੱਧ ਆ ਦੋਸਤੋ, ਮੂੰਹੋਂ ਦੋਂਦੀ ਆ। ਤੇ ਦਿਨ ਕਿੰਨੇ ਦੱਸਿਆ ਸੂਈ ਨੂੰ? 10-12 ਦਿਨ ਬੱਚਾ ਥੱਲੇ ਕੀ ਸੀ? ਮਗਰ ਬੱਚੀ ਆ ਜੀ। ਮਗਰ ਬੱਚੀ ਆ, ਉਹ ਦਿਖਾ ਦਾਂਗੇ ਦੋਸਤੋ ਆਪਾਂ ਵੀਡੀਓ ਦੇ ਵਿੱਚ। ਅਤੇ ਆਹ ਫਿਲਹਾਲ ਤੁਸੀਂ ਬੱਚੀ ਆ ਜਿਹੜੀ ਆ ਚੈੱਕ ਕਰ ਲਓ, ਠੀਕ ਆ ਜੀ, ਦੋਂਦੀ ਬੱਚੀ ਆ। ਬਾਕੀ ਕੱਦ ਕਾਠ ਜਿਹੜਾ ਦੋਸਤੋ, ਬਾਲਾ ਵੱਡਾ ਨਹੀਂ, ਛੋਟਾ ਜਿਹਾ ਕੱਦ ਕਾਠ ਹੈ, ਠੀਕ ਆ ਜੀ, ਸਮੁੰਦਰ ਜਿਹਾ ਕੱਦ ਆ, ਵੀ ਕਿਸੇ ਭੈਣ ਭਰਾ ਨੇ ਦੂਰੋਂ ਨੇੜਿਓਂ ਤੁਸੀਂ ਆ ਜਾਣਾ ਅਤੇ ਮੈਂ ਕਹਿ ਦਾਂ ਵੀ ਵੱਡਾ ਕੱਦ ਕਾਠ, ਹੈ ਨਾ, ਵੀ ਹਿਮਾਚਲ ਜਰਸੀ ਆ,
ਛੋਟੀ ਜਰਸੀ ਆ ਰੇਟ ਪੜਤਾ ਵੀ ਉਹਨਾਂ ਫਾਰਮਰ ਵੀਰਾਂ ਵਾਸਤੇ ਆ ਵੀ ਜਿਨ੍ਹਾਂ ਨੇ ਕਈ ਵਾਰ ਪੈਸੇ ਥੋੜ੍ਹੇ ਲਾਉਣੇ ਆ ਅਤੇ ਦੁੱਧ ਦੀ ਬਾਹਲੀ ਜਿਹੀ ਜ਼ਰੂਰਤ ਆ, ਠੀਕ ਆ ਜੀ। ਅਤੇ ਆਹ ਤਕਰੀਬਨ ਤੁਸੀਂ ਬੱਚੀ ਵੇਖ ਲਓ, ਮੂੰਹੋਂ ਦੂੰਦੀ ਆ, ਠੀਕ ਆ ਜੀ। ਅਤੇ ਆਹ ਮਗਰ ਜਿਹੜਾ ਬੱਚਾ ਤੁਹਾਨੂੰ ਉਹ ਵੀ ਦਿਖਾ ਦਿੰਦੇ ਹਾਂ, ਆਹ ਫੀਮੇਲ ਆ ਗਈ ਹੈ ਜੀ, ਆਪ ਵੀ ਬੱਚੀ ਹੈ ਦੋਸਤੋ, ਦੂੰਦੀ ਅਤੇ ਮਗਰ ਆਹ ਬੱਚੀ ਆ, ਠੀਕ ਆ, ਆਹ ਕਰੋ ਚੈੱਕ। ਅਤੇ ਡਾਕਟਰ ਸਾਹਿਬ 7 ਕਿਲੋ ਜਿਹੜਾ ਹੁਣ ਮੌਕੇ ਦਾ ਭਾਅ ਆਪਦੇ ਘਰ ਦਾ ਚਵਾਵਾਂਗੇ, ਆਪਦੇ ਘਰੇ ਚਵਾਵਾਂਗੇ, ਠੀਕ ਆ। ਅੱਗੇ ਕਿਸੇ ਦੀ ਸੇਵਾ ਹੈ ਜੀ? ਅੱਗੇ ਅਗਲੇ ਦੀ ਸੇਵਾ 7 ਤੋਂ 10 ਕਰਦਾ ਕਿ 7 ਤੋਂ 5 ਕਰਦਾ ਜੀ, ਬਿਲਕੁਲ ਅਗਲੇ ਦੀ ਸੇਵਾ ਦਾ। ਅਤੇ ਮੁੱਲ ਕੀ ਰਹੂਗਾ ਇਹਦਾ? ਇਹਦਾ ਰਾਜ ਮੁੱਲ ਮੰਨ ਲਓ 24,000 ਰੁਪਈਏ ਜੋ ਮਾਣ ਤਾਣ ਕਰਾਂਗੇ, ਮੁੱਲ ਨਹੀਂ ਗਾ। ਪਰ ਸਾਨੂੰ ਐਂ ਹੁੰਦਾ ਵੀ ਅਸੀਂ ਮੁੱਲ ਰੇਟ ਸਾਡੇ ਜਾਇਜ਼ ਹੁੰਦੇ ਆ ਵੀ ਜਿਹੜਾ ਵੀ ਤਕਰੀਬਨ ਸਾਡੇ ਤੋਂ ਬਹੁਤ ਗਿਣਤੀ 'ਚ ਵਪਾਰੀ ਭਰਾ ਪਸੂਲ ਜਾ ਕੇ ਸੇਲ ਕਰਦੇ, ਵਪਾਰੀ ਵੀ ਲੈ ਕੇ ਜਾਂਦੇ ਆ, ਲੈ ਕੇ ਜਾਂਦੇ। ਅਤੇ ਸਾਨੂੰ ਐਂ ਹੁੰਦਾ ਵੀ ਜੇ ਘਰ ਵਾਲਾ ਕੋਈ ਉਹਨੂੰ ਕੋਈ 4,000 ਸਸਤੀ ਮਿਲ ਜੂ ਤਾਂ ਕੱਲ੍ਹ ਨੂੰ ਸਾਡੇ ਕੋਲ ਫੇਰ ਆਊਗਾ ਛੋਟ ਛੱਪੇ ਵਾਲਾ ਕਰਕੇ ਦੱਸੀਦਾ, ਠੀਕ ਆ। ਆਹ ਬੱਚੀ ਆ, ਬਾਕੀ ਥਾਣੇ ਦੇ ਬਾਅਦ ਤੁਸੀਂ ਆ ਸਮਾਂ ਦੱਸ ਦਿਓ। ਮੋਰਨਿੰਗ 7 ਵਜੇ ਚਵਾਈ ਹੋਈ ਆ, ਹੁਣ ਕਿੰਨਾ ਟਾਈਮ ਹੋ ਗਿਆ ਜੀ? 10 ਵਜ ਗਏ। 10 ਵਜ ਗਏ, ਸਮਾਂ ਦਿਖਾ ਦਿਓ ਜੀ, ਸਮਾਂ ਦਿਖਾਉਣਾ ਤਾਂ ਕਰ ਦਿਓ ਜੀ, ਮੋਬਾਈਲ ਸਕਰੀਨ ਸਮਾਂ ਦਿਖਾ ਦਿਓ। 10 ਵਜ ਕੇ 2 ਮਿੰਟ ਦਾ ਮੋਬਾਈਲ ਸਕਰੀਨ 'ਤੇ ਸਮਾਂ, ਅਤੇ ਰੇਟ ਪੜਤਾ ਜਿਹੜਾ ਦੋਸਤੋ ਡਾਕਟਰ ਸਾਹਿਬ ਨੇ ਦੱਸਤਾ। ਇਸ ਤੋਂ ਸੈਕਿੰਡ ਨੰਬਰ 'ਤੇ ਜਿਹੜੀ ਆਹ ਬੱਚੀ ਆ ਗਈ ਆਪਣੇ ਕੋਲ ਜੀ, ਇਹ ਪਹਿਲੇ ਸੂਹੇ ਸੂਣ ਵਾਲੀ ਹੈ ਜੀ, ਖੀਰੀ ਆ ਮੂੰਹ। ਅੱਛਾ ਜੀ, ਹਾਂਜੀ, ਮੂੰਹੋਂ ਖੀਰੀ ਆ ਦੋਸਤੋ, ਅਤੇ ਪਹਿਲਾ ਸੂਹਾ ਸੂਣਾ, ਠੀਕ ਆ। ਅਤੇ ਥਣ ਕੁਆਲਿਟੀ ਚੰਗੀ ਆ, ਕੱਢਦੇ ਪੁੱਤ ਬਾਹਰ। ਅਤੇ ਡਾਕਟਰ ਸਾਹਿਬ ਦਿਨ ਕਿੰਨੇ ਲੈ ਜੂ? ਬਸ ਤਿਆਰ ਹੀ ਹੈ ਜੀ, 1-2 ਦਿਨ ਹੀ ਹੋ ਸਕਦਾ, ਸਫ਼ਰ 'ਚ ਜਾਂਦੇ ਹਾਂ, ਸੂ ਸਕਦੀ ਆ, ਕੋਈ 5-7 ਦਿਨ ਲੈ ਵੀ ਸਕਦੀ ਹੈ ਜੀ। ਕਿਉਂ ਰਾਜ ਆਪਣੇ ਦਿਨ ਆਪਦੇ ਲਿਖੇ ਨਹੀਂ ਹੁੰਦੇ, ਆਪਾਂ ਜਿੱਦਾਂ ਖਰੀਦਦੇ ਅਗਲਾ ਦੱਸਦਾ, ਆਪਦੀ ਆਪਦੀ ਆਪਣੀ ਜੱਜਮੈਂਟ ਹੁੰਦੀ ਵੀ ਪਸੂ 1-2 ਦਿਨ ਲੈਂਦਾ ਜੀ। ਹਾਂਜੀ, ਲਓ ਵੀ ਦੋਸਤੋ ਕਰੋ ਚੈੱਕ, ਠੀਕ ਆ। ਆਹ ਬੱਚੀ ਆ, ਰੰਗ ਢੰਗ ਵੇਖ ਲਓ, ਬਿਲਕੁਲ ਚਾਲ ਚੱਲਣ ਵੇਖ ਲਓ, ਠੀਕ ਆ ਜੀ। ਬਾਕੀ ਬਣਾਥਣਾ ਜਿਹੜੀ ਆਰਡਰ ਕੁਆਲਿਟੀ ਆ, ਲੇਵਟੀ ਆ, ਉਹ ਅੱਜ ਦੇ ਸਮੇਂ ਆਹ ਬਣਾਥਣਾ ਬਿਲਕੁਲ ਤਿਆਰੀ ਵਾਲਾ ਬਣਾਥਣਾ ਹੈ ਵੀ ਕੋਈ 1-2 ਦਿਨ ਜਾਂਦਿਆਂ ਸੂ ਵੀ ਸਕਦੀ ਹੈ, ਠੀਕ ਆ। ਕਿਉਂਕਿ ਸਫ਼ਰ ਆ, ਕੋਈ ਦੂਰ ਦੁਰਾਡੇ ਗਈ, ਅੱਜ ਭਲਕਦਾ ਜਿਹੜਾ ਸਮਾਂ ਸੂ ਸਕਦੀ, ਠੀਕ ਆ। ਜਿੰਨਾ ਕੁ ਹਵਾਨਾ ਬਣਾਉਣਾ ਬਿਲਕੁਲ ਤੁਹਾਡੇ ਸਾਹਮਣੇ ਆ। ਅਤੇ ਆਹ ਥਾਣ ਦੇ ਬਾਅਦ ਚੈੱਕ ਕਰੋ ਜੀ, ਠੀਕ ਆ। ਡਾਕਟਰ ਸਾਹਿਬ ਕੀ ਡਿਮਾਂਡ ਫਿਰ ਇਹਦੀ ਕਰਦੇ ਹਾਂ, ਲੈਣ ਦੇਣ ਕਿੱਥੋਂ ਤੱਕ ਰਸਤਾ ਹੈ ਜੀ? ਇਹਦਾ ਰਾਜ 35,000 ਰੁਪਇਆ। ਹਾਂਜੀ, 35,000 ਵਿੱਚੋਂ ਛੋਟ ਛੱਪੇ ਵਾਲੀ ਗੱਲ ਮਾਨਤਾਨ ਹੋਊਗਾ ਜੀ, ਠੀਕ ਹੈ, ਜ਼ਰੂਰ ਕਰਾਂਗੇ। 35,000 ਦੋਸਤੋ ਸੈਕਿੰਡ ਨੰਬਰ ਦੀ ਇਹ ਤੁਹਾਨੂੰ ਜਿਹੜੀ ਆਪਾਂ ਬੱਚੀ ਦਿਖਾਤੀ ਹੈ, ਠੀਕ ਆ। ਸੂਬਾ ਇਹਨੇ ਵੀ ਪਹਿਲਾਂ ਹੀ ਹੈ ਨਾ, ਪਹਿਲਾਂ ਖੀਰੀ ਹੈ ਜੀ ਮੂੰਹ, ਇਹ ਮੂੰਹ ਖੀਰੀ ਆ, ਦੁੱਧ ਵਾਲੇ ਦੰਦ, ਆਪਾਂ ਦੰਦ ਵੀ ਦਿਖਾ ਦਿੰਦੇ ਹਾਂ, ਮਨੋ ਵਿਸ਼ਲੇਸ਼ਣ ਕਰਾ ਦਿਓ ਚੈੱਕ ਡਾਕਟਰ ਸਾਹਿਬ। ਹਾਂਜੀ, ਮੂੰਹੋਂ ਖੀਰੀ ਆ ਦੋਸਤੋ, ਠੀਕ ਆ, ਦੁੱਧ ਦੰਦ ਆ, ਚਲੋ ਜੀ। ਅਤੇ ਆਹ ਦੇਖੋ ਜੀ, ਠੀਕ ਆ ਜੀ, ਬਿਲਕੁਲ ਬਰੀਕ ਛੋਟੇ ਦੁੱਧ ਵਾਲੇ ਦੰਦ ਆ। ਅਤੇ ਇਸ ਤੋਂ ਬਾਅਦ ਤੀਜੇ ਨੰਬਰ 'ਤੇ ਜਿਹੜੀ ਦੋਸਤੋ ਇਹ ਬੱਚੀ ਤੁਹਾਨੂੰ ਆਪਾਂ ਦਿਖਾਉਣੀ ਆ, ਇਹ ਵੈੜ ਹੋਊਗੀ ਤਕਰੀਬਨ, ਸੂਬਾ ਪੁੱਛ ਲਈ ਹੈ। ਸੂਬਾ ਕਿਹੜਾ ਵਾ ਜੀ? ਦੂਜਾ ਸੂਬਾ ਜੀ, ਦੂਜਾ ਸੂਬਾ 15 ਦਿਨ ਸੂਈ ਨੂੰ ਹੋ ਗਏ ਆ, ਇਹਦਾ ਬੱਚਾ ਮਗਰ ਬੱਚਾ, ਅਤੇ 10 ਕਿਲੋ ਇਹਦੇ ਥੱਲੇ ਦੁੱਧ ਹੈ ਜੀ, ਠੀਕ ਹੈ ਜੀ। ਹਾਂਜੀ, 10 ਕਿਲੋ ਦੋਸਤੋ ਦੁੱਧ ਇਸ ਤੀਜੇ ਨੰਬਰ 'ਤੇ ਵੇਰਵਾ ਪਾ ਦਿੰਦੇ ਹਾਂ। ਅਤੇ 15 ਕੁ ਦਿਨ ਦਾ ਜਿਹੜਾ ਸਮਾਂ ਹੋ ਗਿਆ, ਬੱਚਾ ਥੱਲੇ ਬੱਚਾ ਹੈ, ਮੇਲ ਕਾਫ, ਠੀਕ ਆ। ਅਤੇ ਫੇਸ ਕੁਆਲਿਟੀ ਵੇਖੋ, ਬਿਲਕੁਲ ਛੋਟਾ ਸਮੋਲ ਸਾਈਜ਼ ਜਿਹੜਾ ਕੰਨ ਆ, ਅਤੇ ਡੂੰਘਾਈ ਜਿਹੜੀ ਆ ਦੋ ਅੱਖਾਂ ਦੇ ਵਿਚਕਾਰ ਕਾਫੀ ਆ, ਬਰੀਡ ਦੇ ਵਿੱਚ ਪੂਰੀ। ਅਤੇ ਇਹ ਹਿਮਾਚਲ ਦੀ ਜਰਸੀ ਕਹਿ ਸਕਦੇ ਹਾਂ ਜੀ, ਇਹਨੂੰ ਇਹ ਪੰਜਾਬ ਦੀ, ਠੀਕ ਹੈ। ਆਹ ਦੇਖੋ ਡਾਕਟਰ ਸਾਹਿਬ ਦੀ ਇੱਕ ਗੱਲ ਆ ਜਿਹੜੀ ਦੋਸਤੋ ਜ਼ਰੂਰ ਤੁਸੀਂ ਧਿਆਨ 'ਚ ਰੱਖ ਲਿਓ ਵੀ ਕੋਈ 2 ਟਾਈਮ ਚਵਾਈ ਕਰ ਲਓ, 4 ਟਾਈਮ ਜਿਹੜੀ ਘਰ ਦੀ ਚਵਾਈ ਉਹ ਦੱਸੀ ਜਾਊਗੀ ਵੀ 10 ਕਿਲੋ ਜਿਹੜਾ ਚੋਲ ਹੈ ਆਣ ਕੇ, ਠੀਕ ਆ। ਥਾਣ ਥੂਣ ਪੂਰਾ ਜਿਵੇਂ ਆਪਾਂ ਕਹਿ ਦਈਏ, ਮੱਝਾਂ ਵਾਲਾ ਥਾਣਾ, ਮੁੱਠੀ ਵਾਲਾ ਥਾਣਾ, ਹੱਥੀ ਚਵਾਈ ਵਾਲਾ ਥਾਣਾ,
ਅਤੇ ਮੋਰਨਿੰਗ ਚੁਆਈ ਆਲਮੋਸਟ ਜਿੰਨੀਆਂ ਵਿਹੜਾਂ ਦਿਖਾਵਾਂਗੇ ਦੋਸਤੋ ਸਾਰਿਆਂ ਦੀ ਹੋਈ ਆ ਕੋਈ 7:30 ਦੇ ਨੀਅਰ ਅਬਾਊਟ ਹੁਣ 10 ਵਜੇ ਦਾ ਸਮਾਂ। ਅਤੇ ਡਾਕਟਰ ਸਾਹਿਬ ਚੁਆਈ ਕਿੱਦਾਂ ਦੀ ਆ? ਚੁਆਈ ਵਧੀਆ, ਫੀਲ ਸਾਊ, ਠੰਡੀ, ਕੋਈ ਭੂਰ ਛਿੱਟ ਨਹੀਂ। ਠੀਕ ਹੈ, ਅਤੇ ਮੁੱਲ ਫਿਰ ਲੈਣ ਦੇਣ ਕੀ ਕਰਾਂਗੇ ਇਹਦਾ? ਇਹਦਾ 32,000 ਰੁਪਈਆ ਜੀ। 32,000? ਹਾਂਜੀ, ਠੀਕ ਹੈ ਜੀ। 32,000 ਦੋਸਤੋ ਮੁੱਲ ਆ, ਅਤੇ ਬੱਚਾ ਇਹਦਾ ਜ਼ਰੂਰ ਦਿਖਾ ਦੇਈਏ। ਕਿਹੜਾ? ਇਹਦਾ ਬੱਚਾ ਖੜਾ ਜਰਨੇਟਰ ਕੋਲ। ਠੀਕ ਆ, ਆਹ ਦੇਖੋ ਜੀ, ਆਹ ਬੱਚਾ ਦੋਸਤੋ ਮੇਲ ਕਾਫ ਆ। ਠੀਕ ਆ, ਜਿਹੜੀ ਹੁਣ ਆਪਾਂ ਤੀਜੇ ਨੰਬਰ 'ਤੇ ਤੁਹਾਨੂੰ ਦਿਖਾਤੀ ਬੱਚੀ, ਅਤੇ ਮੁੱਲ ਜਿਹੜਾ ਦੋਸਤੋ 32,000। ਹਾਂਜੀ, ਠੀਕ ਆ ਜੀ, 32,000 ਮੁੱਲ ਰਹੂਗਾ। ਅਤੇ ਆਹ ਜਿਹੜੇ ਪੂਰਾ ਰੰਗ ਢੰਗ ਆ, ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਬੱਚੀ ਦਿਖਾਉਣੀ ਆ। ਠੀਕ ਆ ਜੀ, ਅਤੇ ਬੱਚੀ ਦੰਦੋਂ ਕੁਛ ਹੋਊਗੀ? ਦੰਦ ਨਹੀਂ ਵੇਖੇ ਰਾਜ ਮੈਂ ਦੱਸਦਾ ਨਾ। ਸੂਆ ਪਹਿਲਾਂ ਜਿਹੜਾ ਦੋਸਤੋ ਸੂਣਾ ਆਏ ਨੇ। ਠੀਕ ਆ, ਗੱਭਾ ਨਾ, ਬਿਲਕੁਲ ਲਵੀ ਜੀ ਬੱਚੀ ਆ। ਠੀਕ ਆ ਜੀ, ਬਰੀਡ ਦੇ ਵਿੱਚ ਪੂਰੀ ਆ, ਬਾਕੀ ਦੰਦ ਡਾਕਟਰ ਸਾਹਿਬ ਵੇਖ ਕੇ ਦੱਸ ਦਿੰਦੇ ਆਪਾਂ ਨੂੰ। ਚਾਰ ਦੰਦ? ਚਾਰ ਦੰਦ, ਠੀਕ ਆ। ਮੂੰਹ ਦੰਦੋਂ ਜੇਕਰ ਦੋਸਤੋ ਗੱਲ ਕਰੀਏ, ਚੌਕੀ ਆ, ਚਾਰ ਦੰਦ ਆ, ਪਲੂਨ ਬੱਚੀ ਨੇ ਸੂਣਾ, ਅਤੇ ਥਣ ਕੁਆਲਿਟੀ ਚੰਗੀ ਆ, ਆਰਡਰ ਕੁਆਲਿਟੀ ਚੰਗੀ ਆ। ਦਿਨ ਹਜੇ ਲੈ ਜੂ, ਕੱਢੂ 2-4 ਹਫ਼ਤਾ ਲੈ ਜੂਗੀ ਜੀ, ਘੱਟੋ ਘੱਟ। ਹਾਂਜੀ, ਲੈ ਜੂ ਆਰਾਮ ਨਾਲ। ਲਓ ਜੀ, ਹਵਾਨਾ ਜਿਹੜਾ ਦੋਸਤੋ ਹੋਰ ਬਣਾ ਲੂਗੀ। ਠੀਕ ਆ, ਖੋਲ੍ਹਣਾ ਹੈ ਹਵਾਨਾ ਹਜੇ ਇਹਨੇ, ਘੱਟੋ ਘੱਟ ਵੀ 4-5 ਦਿਨ ਨਹੀਂ, ਘੱਟੋ ਘੱਟ ਵੀ ਹਫ਼ਤਾ ਸਮਾਂ ਲੈ ਜੂ। ਆਹ ਦੇਖੋ ਫੇਸ ਕੁਆਲਿਟੀ, ਠੀਕ ਹੈ ਜੀ, ਬੋਡੀ ਸਟਰਕਚਰ, ਹਾਈਟ ਜਿਹੜੀ ਆ ਤੁਸੀਂ ਮੀਡੀਅਮ ਕਾਊਂਟ ਕਰ ਲਿਓ ਦੋਸਤੋ, ਅਤੇ ਪਿੰਡੇ ਬਿਲਕੁਲ ਭਰਵੇਂ ਜੇ ਪਿੰਡੇ ਦੀ ਆ। ਠੀਕ ਆ, ਆਹ ਦੇਖੋ ਜਿਹੜਾ ਥਾਂ ਥੂਆਂ ਜਿਹੜੀਆਂ ਵੀ ਆਪਾਂ ਵਿਹੜਾਂ ਦਿਖਾਈਆਂ ਦੋਸਤੋ, ਥਣ ਓਵਰਆਲ ਸਾਰਿਆਂ ਦੇ ਬਿਲਕੁਲ ਹੱਥੀ ਚਵਾਈ ਵਾਲੇ ਆ। ਆਹ ਕਰੋ ਚੈੱਕ, ਥਣ ਦੀ ਕੁਆਲਿਟੀ ਦੇਖੋ, 4 ਥਣਾਂ ਦਾ ਗੈਪ ਸਪੇਸ। ਲਓ ਜੀ, ਡਾਕਟਰ ਸਾਹਿਬ ਕੀ ਡਿਮਾਂਡ ਹੈ ਇਹਦਾ? 38,000 ਰੁਪਏ। 38? ਹਾਂਜੀ, ਠੀਕ ਹੈ ਜੀ, 38,000 ਦੋਸਤੋ। ਇਸ 4th ਨੰਬਰ ਉੱਤੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ, ਇਸ ਵੱਛੀ ਦਾ ਮੁੱਲ ਰਹੂਗਾ 38,000। ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ 'ਤੇ ਜਿਹੜੀ ਤੁਹਾਨੂੰ ਵੈਟ ਦਿਖਾਉਣੀ ਆ, ਨਾਲ ਦੀ ਨਾਲ ਤੋੜ ਦੀਆਂ ਫਿਰ ਡਿਟੇਲ ਲੈਂਦੀ ਹੁੰਦੀ ਜੀ। ਇੱਕ ਵਾਰੀ ਤੁਸੀਂ ਜਿਹੜੀ ਆ ਦੋਸਤੋ ਪੂਰੀ ਤਸੱਲੀ ਦੇ ਨਾਲ ਇਹ ਜਿਹੜੀ ਆ ਵੈਟ ਦੇਖ ਲਓ ਤਸੱਲੀ ਨਾਲ। ਠੀਕ ਆ ਜੀ, ਜਰਸੀ ਦੇ ਵਿੱਚ ਬਿਲਕੁਲ ਜਿਹੜਾ ਬਰੀਡ ਆ ਜਰਸੀ ਆ, ਅਤੇ ਚਾਹੇ ਕੋਈ ਵੀਰ ਪੰਜਾਬ ਦੀ ਜਰਸੀ ਮੰਨ ਲਏ, ਕਿਉਂਕਿ ਕੱਦ ਮੀਡੀਅਮ ਤੋਂ ਥੋੜ੍ਹਾ ਜਿਹਾ ਪਲੱਸ ਗਿਣ ਲਓ, ਚਾਹੇ ਮੀਡੀਅਮ ਗਿਣ ਲਓ, ਅਤੇ ਥਾਣ ਦੇ ਬਾਅਦ ਤੁਹਾਡੇ ਸਾਹਮਣੇ। ਆਹ ਕਰੋ ਚੈੱਕ ਜੀ। ਅੱਛਾ ਡਾਕਟਰ ਸਾਹਿਬ, ਇਹਦੀ ਡਿਟੇਲ ਸੂਈ ਹੈ ਬਿਲਕੁਲ? ਨਹੀਂ, ਗੱਭਣ ਵਾਲੀ। ਇਹ ਗੱਭਣ ਆ? ਗੱਭਣ ਆ, ਕੋਈ ਇਹਦੇ 15 ਦਿਨ ਪਏ ਜੀ। ਹਜੇ ਲਾਏ ਪਈ ਨੋਰਮਲ ਜੀ, ਇੱਕ ਗੱਲ ਕਰੀਏ ਤੇ ਹਜੇ ਕੋਈ 2-2.5 ਕਿਲੋ ਲਾਇਆ 15 ਦਿਨ। ਤੇ ਸੂਆ? ਸੂਆ ਇਹਦਾ ਦੂਜਾ ਜੀ। ਦੂਜਣ? ਹਾਂਜੀ, ਠੀਕ ਆ। ਬਾਕੀ ਪਿੱਛੇ ਥੋੜੀ ਜਿਹੀ ਭਲਦੀ ਮੈਨੂੰ ਨਜ਼ਰ ਆ ਰਹੀ ਹੈ ਕਿ ਪਾਸ ਹੈਗੀ ਇੱਕ ਪਾਸੇ ਨੂੰ? ਠੀਕ ਹੈ ਜੀ, ਠੀਕ ਆ ਜੀ। ਦੂਜਾ ਸੂਆ ਦੋਸਤੋ ਸੂਣਾ, ਤੇ 15 ਦਿਨ ਘੱਟੋ ਘੱਟ ਹਜੇ ਸਮਾਂ ਬਾਕੀ ਆ। ਤੇ ਆਹ ਵੈੜ ਤੁਸੀਂ ਵੇਖ ਸਕਦੇ ਹੋ, ਥਣ ਥੁਣ ਦੀ ਆਹ ਸ਼ੇਪ ਹੈਗੀ ਆ ਜੀ। ਠੀਕ ਆ, ਇਹਦਾ ਮੁੱਲ ਫਿਰ ਕੀ ਕਰਦੇ ਆ ਜੀ? ਇਹਦਾ 32,000 ਰੁਪਈਆ ਜੀ। 32,000 ਮੌਕੇ ਦੇ 5 ਆ ਜੀ, ਬਾਕੀ ਪਸ਼ੂ ਪਹਿਲਾਂ ਸੇਲ ਹੋਏ ਹੋਏ ਆ, ਬਾਕੀ ਸ਼ਾਮ ਤੱਕ ਕਿੰਨੇ ਲਿਆਉਣੇ ਆ ਉਹ ਬਾਬੇ ਨਾਨਕ ਨੂੰ ਪਤਾ। ਬਿਲਕੁਲ ਬਿਲਕੁਲ, ਹਾਂਜੀ। ਫਿਲਹਾਲ ਜਿਹੜੇ ਦੋਸਤੋ ਪਸ਼ੂ ਆਪਾਂ ਦਿਖਾ ਚੁੱਕੇ ਆ ਤੁਹਾਨੂੰ, ਇਹ ਅਵੇਲੇਬਲ ਨੇ ਅੱਜ ਬਿਲਕੁਲ ਹੁਣ ਮੌਕੇ ਤੇ, ਸੌਦਾ ਕਰ ਸਕਦੇ ਹੋ, ਤਸੱਲੀ ਕਰ ਸਕਦੇ ਹੋ, ਦੂਰੋਂ ਨੇੜਿਓਂ ਘਰ ਵਿਜਿਟ ਕਰਕੇ ਜੋ ਦੱਸਿਆ ਗਿਆ ਦੋਸਤੋ ਵੈਰੀਫਾਈ ਕਰ ਸਕਦੇ ਹੋ ਚੁਆਈ ਕਰਕੇ, ਗੱਭਣ ਪਸ਼ੂ ਤਿੱਪ ਕੇ ਤਸੱਲੀ ਕਰ ਸਕਦੇ। ਠੀਕ ਹੈ ਜੀ,
ਅਤੇ 5 ਪਸ਼ੂ ਦਿਖਾਤੇ ਆ। ਇਸੇ ਤਰ੍ਹਾਂ ਦੋਸਤੋ ਦਿਨ ਬ ਦਿਨ ਰੋਜ਼ ਜਿਹੜੇ ਡੇਲੀ ਰੂਟੀਨ ਦੇ ਵਿੱਚ ਪਸ਼ੂ ਨਵੇਂ ਪੁਰਾਣੇ ਆਉਂਦੇ ਰਹਿੰਦੇ ਆ ਅਤੇ ਡਾਕਟਰ ਸਾਹਿਬ ਲਿਆਉਂਦੇ ਰਹਿੰਦੇ ਆ। ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ, ਨੰਬਰ ਆਪਾਂ ਲੈ ਲੈਂਦੇ ਹਾਂ ਇੱਕ ਵਾਰੀ। ਡਾਕਟਰ ਸਾਹਿਬ ਬੋਲੀਏ ਨੰਬਰ ਜੀ। ਹਾਂਜੀ, ਪ੍ਰੀਤਮ ਸਿੰਘ ਕਲੇਰ, ਪਿੰਡ ਸੁੱਖੇਵਾਲਾ ਜੀ, ਅਤੇ ਨੰਬਰ ਮੇਰਾ ਹੈਗਾ 796 ਹਾਂਜੀ 33319 70096 33319 ਜੀ ਜੀ। ਠੀਕ ਹੈ, ਫੇਸਬੁੱਕ ਮੇਰਾ ਇੱਕ ਹੈਗਾ ਪ੍ਰੀਤਮ ਕਲੇਰ ਸੁੱਖੇਵਾਲਾ, ਇੱਕ ਸਾਡਾ ਫੇਸਬੁੱਕ ਪੇਜ ਹੈਗਾ ਸੁੱਖੇਵਾਲਾ ਕਾਓ ਫਾਰਮ, ਜਦੋਂ ਮਰਜ਼ੀ ਮੰਨ ਲਓ ਆ ਕੇ ਕਰੇ। ਡੇਲੀ ਅਪਡੇਟ ਹੁੰਦੀ ਨਹੀਂ ਉੱਥੇ? ਹਾਂ, ਤਕਰੀਬਨ ਕਰਦੇ ਰਹਿੰਦੇ ਹਾਂ। ਹਾਂਜੀ, ਇਹ ਦੋਨੋਂ ਪੇਜ ਦੋਸਤੋ ਫੇਸਬੁੱਕ 'ਤੇ ਅਵੇਲੇਬਲ ਹੈਗੇ ਆ। ਫੇਸਬੁੱਕ 'ਤੇ ਪੇਜ ਫੋਲੋ ਵੀ ਕਰ ਲਿਓ, ਕਿਉਂਕਿ ਡੇਲੀ ਰੂਟੀਨ ਦੇ ਵਿੱਚ ਪਸ਼ੂ ਆ ਜਿਹੜੇ ਉਹ ਆਉਂਦੇ ਰਹਿੰਦੇ ਆ, ਉਹ 'ਤੇ ਅਪਲੋਡਿੰਗ ਜਿਹੜੀ ਆ ਅਪਡੇਟ ਨਵੇਂ ਪਸ਼ੂਆਂ ਦੀ ਹੁੰਦੀ ਰਹਿੰਦੀ ਆ। ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਦੋਸਤੋ, ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।